ਜੀ 6:18 ਵੈਲਕਮ ਕਰਦੇ ਹਾਂ ਅੱਜ ਦੇ ਨਿਊ ਤਾਜ਼ਾ ਫਰੈਸ਼ ਵਲੌਗ ਦੇ ਵਿੱਚ ਅਤੇ ਜਾ ਰਹੇ ਹਾਂ ਜੀ ਅਸੀਂ ਕੰਮ 'ਤੇ ਅਤੇ ਸੁਬਹਾ ਸੁਬਹਾ ਬਾਹਰਲੇ ਵੇਖੋ ਕਿਸ ਤਰ੍ਹਾਂ ਫਸਲਾਂ ਤਬਾਹ ਕਰਦੇ ਨੇ ਬਾਹਰਲੇ ਹੋਏ ਬੋਏ ਇੱਕ ਦੋ ਤਿੰਨ ਚਾਰ ਓਏ ਹੋਏ ਹੋਏ ਇਹ ਕਿਹਾ ਜਾਂਦਾ ਅਸਲਾਮੁਅਲੈਕਮ ਜੀ ਲਓ ਜੀ ਕਿਆ ਬਾਤ ਹੈ ਅੱਜ ਸੁਬਹਾ ਸੁਬਹਾ ਰੌਣਕਾਂ ਲਾ ਦਿੱਤੀਆਂ ਜੀ ਮੌਲਵੀ ਸਾਹਿਬ ਸਰਦੀ ਬੜੀ ਹੈ ਉਹ ਜੀ ਦੂਸਰੇ ਜਿਹੜੇ ਪੀਟਰ ਫੇਰ ਸਟਾਰਟ ਹੋ ਗਿਆ ਦੁਬਾਰਾ ਠੀਕ ਹੈ ਜੀ ਹਾਏ 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 ਚੈੱਕ ਕਰੋ ਅਤੇ ਪਟਾ ਢਿੱਲਾ ਅਤੇ ਲਾਉਣਾ ਬਰੋਜ਼ਾ ਇਹਦੇ ਵਿੱਚ ਹੀ ਬਰੋਜ਼ਾ ਪਏ ਆ ਇਹਨੂੰ ਕਰਨਾ ਗਰਮ ਸੁਬਹਾ ਦੇ 7 ਹੋ ਗਏ ਨੇ ਅਤੇ ਇੱਕ ਜਿਹੜਾ ਕੜਾ ਉਹ ਅਸੀਂ ਰੱਖ ਲਿਆ ਉੱਥੇ ਦੂਜੇ ਦਾ ਜਿਹੜਾ ਰੋਜ਼ ਜਿਹੜੀ ਜੂਸ ਹੈ ਉਹ ਨਿਕਾਲ ਰਹੇ ਹਾਂ ਠੀਕ ਹੈ ਤੋ ਇਨਸ਼ਾਅੱਲਾ ਠੀਕ 1 ਘੰਟੇ ਬਾਅਦ ਜੋ ਹਮਾਰਾ ਇੱਕ ਪੂਰਾ ਵੋ ਤਿਆਰ ਹੋ ਜਾਏਗਾ ਠੀਕ ਹੈ ਤੋ ਦੂਸਰਾ ਵੀ ਇਨਸ਼ਾਅੱਲਾ ਵੋ ਤਿਆਰ ਕਰ ਰਹੇ ਹਾਂ ਵਾਲੇ ਕਸਟਮਰ ਸਾਡੇ ਆ ਗਏ ਨੇ ਸੁਬਹਾ ਸੁਬਹਾ ਇਹਨਾਂ ਦਾ ਕੰਮ ਹੈ 4 ਗਲਾਸ ਰੋਟ ਚੰਗੀ ਦਬਾ ਕੇ ਪੀਣੀ ਠੀਕ ਹੈ ਪੱਕਣੇ ਨੂੰ ਤਿਆਰ ਹੋ ਗਿਆ ਕਿ ਚੈੱਕ ਕਰਾਂ ਅਸਕਰ ਬਾਈ ਹਾਂ ਹਾਂ ਮਾਸ਼ਾਅੱਲਾ ਜੀ ਪਹਿਲਾਂ ਜਿਹੜਾ ਕੜਾ ਹੋਇਆ ਸੀ ਲਾਲ ਹੈ ਪਹੁੰਚ ਗਿਆ ਗੁੜ ਚੈੱਕ ਕਰੋ ਜੀ ਕਿਆ ਬਾਤ ਹੈ ਇਹਨੂੰ ਕਹਿੰਦੇ ਨੇ ਜੀ ਗੋਡੀ ਕਰਨੀ ਮਤਲਬ ਕਿ ਇਹਨੂੰ ਜਿਹੜਾ ਨਾ ਗੁੜ ਨੂੰ ਠੰਡਾ ਕਰ ਰਹੇ ਹਾਂ ਅਸੀਂ ਠੰਡਾ ਕਰਕੇ ਸਹੀ ਜੰਮਦਾ ਠੀਕ ਹੈ ਜੀ ਅੱਗੋਂ ਆ ਰਹੇ ਨੇ ਜੀ ਚੌਧਰੀ ਮਨਜ਼ੂਰ ਕਿਰਲੋ ਸਾਹਿਬ ਕੀ ਯਾਰ ਹੈ ਚਾਏ ਆਈ ਹੈ ਅਤੇ ਰੇਹੜੀ ਆਈ ਹੈ ਠੀਕ ਠੀਕ ਬਿਲਕੁਲ ਜਨਾਬ ਤੁਹਾਡੇ ਵਾਸਤੇ ਅਸੀਂ ਇਹ ਰੱਖੇ ਹੈ ਪੂਰ ਇਹਦੇ ਥੱਲੇ ਅੱਗ ਬਾਲਣੀ ਜੇ ਠੀਕ ਹੈ ਡਨ ਡਨ ਇੰਨੀ ਸਰਦੀ ਨਹੀਂ ਪਈ ਟੋਪੀ ਬਾਲੋ ਤੁਸੀਂ ਠੀਕ ਹੋ ਗਿਆ ਅਗਰ ਕਿਸੇ ਵੀ ਬੰਦੇ ਕੋਈ ਗੁੜ ਦੇ ਬਾਰੇ ਪੁੱਛਣਾ ਹੋਵੇ ਕਮੈਂਟ ਕਰਕੇ ਪੁੱਛ ਸਕਦੇ ਹੋ ਅਤੇ ਨੰਬਰ ਵੀ ਤੁਹਾਨੂੰ ਨਾ ਇਸ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਅਤੇ ਉਸ ਨੰਬਰ 'ਤੇ ਰਾਬਤਾ ਕਰਕੇ ਗੁੜ ਦਾ ਆਰਡਰ ਕਰ ਸਕਦੇ ਹੋ ਤੁਸੀਂ ਠੀਕ ਹੈ ਅਤੇ ਅਗਰ ਕਿਸੇ ਨੂੰ ਗੁੜ ਚਾਹੀਦਾ ਹੈ ਤਾਂ ਮੈਂ ਵਾਰ ਵਾਰ ਕਹਿ ਰਿਹਾ ਪਹਿਲਾਂ ਆਰਡਰ ਕਰੇ ਆਏ ਸਾਨੂੰ 3 ਮਣ ਗੁੜ ਆਰਡਰ ਜਿਹੜਾ ਹੋਇਆ ਨਾ ਉਹ ਹੋਇਆ ਗੁੜ ਦਾ ਠੀਕ ਹੈ ਸ਼ਾਮੀ ਜਿਹੜਾ 2 ਮਣ ਦਿੱਤਾ ਸੀ ਅਤੇ ਅੱਜ ਆਰਮੀ ਵਾਲੇ ਭਾਈ ਆ ਰਹੇ ਨੇ ਜੀ ਉੱਥੋਂ ਮੋਇਲ ਤੋਂ ਉਹਨਾਂ ਨੇ ਗੁੜ ਲੈਣਾ ਜੀ ਅਤੇ ਇਸ ਵਾਸਤੇ ਸੁਬਹਾ 4 ਵਜੇ ਜਿਹੜਾ ਨਾ ਵੇਲਣਾ ਚੱਲ ਗਿਆ ਸੀ ਠੀਕ ਹੈ ਇਹ ਫਸਟ ਹੈ ਇਹ ਸੈਕਿੰਡ ਹੈ ਅਤੇ ਇਹ ਥਰਡ ਜਿਹੜੇ ਨੇ ਅੱਗੇ ਅਸੀਂ ਰੱਖੇ ਆ ਠੀਕ ਹੈ ਜੀ ਅਤੇ ਨਾਸ਼ਤਾ ਹੀ ਆਉਣਾ ਸਾਡਾ ਨਾਸ਼ਤੇ ਤੋਂ ਪਹਿਲਾਂ ਹੀ ਅਸੀਂ ਨਾ ਇਹ ਸਾਡੀ ਜਿਹੜੀ ਪੇਸ਼ ਹੋ ਗਈ ਹੈ ਲਓ ਜਨਾਬ ਸਾਡੇ ਕੋਲ ਆਏ ਨੇ ਕਸ਼ਮੀਰ ਦੇ ਯੂਟਿਊਬਰ ਅਤੇ ਇਹਨਾਂ ਨਾਲ ਮਿਲਣੇ ਆ ਜੀ ਅਸਲਾਮ ਵਾਲੇਕਮ ਕੀ ਹਾਲ ਸਰ ਜੀ ਆ ਠੀਕ ਠਾਕ ਅਤੇ ਇਹ ਗੁੜ ਦੀ ਨਾ ਸਾਰੀ ਵੀਡੀਓ ਜਿਹੜੀਆਂ ਅੱਜ ਤੁਹਾਨੂੰ ਸਮੀ ਮੀਰ ਕਸ਼ਮੀਰੀ ਦੇ ਚੈਨਲ 'ਤੇ ਦੇਖਣ ਨੂੰ ਮਿਲੇਗੀ ਠੀਕ ਹੈ ਅਸੀਂ ਜਿਹੜਾ ਨਾ ਅੱਜ ਕੱਢਿਆ ਪੌਰ ਕੇ ਨੇੜੇ ਲੱਗਿਆ ਠੀਕ ਹੈ ਇਹ ਜੀ ਦੂਸਰਾ ਕੜਾ ਅਤੇ ਇਹ ਤੀਸਰੇ ਵਾਤੇ ਜਿਹੜਾ ਨਾ ਚੌਥਾ ਟੀਨ ਆਈਏ ਇਹਦੇ ਵਿੱਚ ਪਿਆ ਸਾਡਾ ਆ ਗਿਆ ਨਾਸ਼ਤਾ
असगर भाई तुझे नाश्ता करना है, चेक कराओ नाश्ते की है। नाश्ता असगर चो सब खोलना, खोल ना जाए यार जल्दी करो, मुझे भूख सता रही है। तुम भैया की आज डिफरेंट है जो है ना वो हमारा नाश्ता यार। ये खुश्क रोटी सिर्फ मेरे लिए होती है, आप जो है ना वो पराठे खाया करो, आपके लिए पराठा आता है। तो मेरे जानवर को दीजिए खुश्क रोटी। ये हमारी साथ ही मछलियां जी, यूट्यूबर साहब जो है ना वो जा रहे हैं जी, इन्हें तो सबसक्राइब करो, तो नाल जो सू थोड़ा जहा सबसक्राइब कर दिया करो, मेहरबानी थोड़ी। ठीक है जी, अल्लाह हाफिज, फिर कभी चक्कर लगा ना। अलहमदुल्ला तीसरा जरा कड़ाओ भी ला दता है, तो सेल हो गया थोड़ा जहा, तो चेक करो ब्लाक। ठीक है, यह भी भाई यार त्रै किलो गुड़ लिया है, तो ये पट्टन वाला, तो आइए साढ़े फौजी भाई ने उन्हें आवना, तो दो मन का आर्डर है उन्होंने। ठीक है, तो जनाब अस्सलाम वालेकुम, यह सारा इन्हें बड़ीला शरीफ तो। ठीक है, तो आइए इन्होंने गुड़ का यह जरा ना जूस पिलाने लगे। खैर हरी है जनाब, तो आए नहीं हो वेलने, तो फिर खैर हरी ठीक ठाक है। इतने जड़ी मछली से सट्टी से, तो सूरत हाल चेक करने, एक पीस जरा ना वो फात पा गया, पता नहीं की डेड हो गए पीस, चेक करो खत्म हो गया एक है ही। लो जी असं नवा नवा काम बिजनेस स्टार्ट कर लगे सी, तो वह काम जरा डाउन च पाया गया, चेक करो मछली जी वो साड़ी डेड हो रही जा रही है, चेक करो एक्सपायर हो गई ने मछलियाँ सारिया, तो कोई कुलिया दसो जिद न इना खुराक वगैरह जरा घोड़े ने पैक हो गया 25 किलो, तो कुछ 15 किलो आर्मी वाले गुड़ लै गए ने, उन्हें क्या जी साड़ी जी इन्हें वीडियो नहीं बनानी क्योंकि प्राइवेसी होंगी है, तो यह चेक करो गड्डी। ठीक है जी, तो मिलते हैं हुण तुहानू नैक्सट व्लॉग विच, ओके जी।